ਇਹਦੇ ਬਾਰੇ ਅਸੀਂ ਨੇ ਸਾਰੀ ਬਿਲਡਿੰਗ ਹੈਗੀ ਜਿਹੜੀ ਉਹ ਬਾਬਾ ਫਰੀਦ ਯੂਨੀਵਰਸਿਟੀ ਔਫ ਹੈਲਥ ਸਾਇੰਸ ਫਰੀਦਕੋਟ ਦੇ ਅੰਡਰ ਹੈ। ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ, VC ਸਰ ਨੂੰ, ਸਾਰਿਆਂ ਨੂੰ ਅਸੀਂ ਰਿਟਰਨ ਵੀ ਦਿੱਤਾ ਹੋਇਆ। ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਬਹੁਤ ਜਲਦ ਇਹ ਸਾਰਾ ਜੋ ਵੀ ਇੱਥੇ ਰਿਪੇਅਰ ਦਾ ਕੰਮ ਹੈਗਾ ਉਹਦਾ ਟੈਂਡਰ ਕਰਵਾ ਕੇ ਜਲਦ ਤੋਂ ਜਲਦ ਰਿਪੇਅਰ ਕਰਵਾਈ ਜਾਏਗੀ। ਕਿਸ ਤਰ੍ਹਾਂ ਦੀ ਸਰ ਮੁਸ਼ਕਿਲਾਂ ਆਉਂਦੀਆਂ ਬਿਲਡਿੰਗ ਦੀ ਹਾਲਤ ਖਸਤਾ ਹੁੰਦਾ? ਕਈ ਵਾਰੀ ਕਈ ਰੈਂਪ ਵਗੈਰਾ ਟੁੱਟਿਆ ਹੋਇਆ, ਹੋਰ ਪੇਸ਼ੈਂਟ ਨੂੰ ਉੱਥੇ ਸਟਿਚਰ ਚਲਾਉਣ 'ਤੇ ਦਿੱਕਤ ਆਉਂਦੀ, ਟਾਈਲਾਂ ਉਖੜੀਆਂ ਹੋਈਆਂ, ਬਾਕੀ ਕੁਛ ਪਿੱਲਰਸ ਨੇ ਜਿਨ੍ਹਾਂ 'ਚ ਤਰੇੜਾਂ ਹੈਗੀਆਂ ਨੇ, ਉਹ ਸਾਰਾ ਕੁਛ ਅਸੀਂ VC ਸਰ ਦੀ ਨੌਲੇਜ 'ਚ ਲਿਆਤਾ। ਉਹਨਾਂ ਨੇ ਸਾਨੂੰ ਆਪਣਾ ਐਸਟੀਮੇਟ ਉਹ ਕਹਿੰਦੇ ਬਣਾ ਕੇ ਅਸੀਂ ਟੈਂਡਰ ਕਰਵਾ ਕੇ ਜਲਦ ਰਿਪੇਅਰ ਕਰਾ ਦਾਂਗੇ। ਕਿੰਨੇ ਚਿਰ ਤੋਂ ਇਹ ਬਿਲਡਿੰਗ ਦੀ ਆਫਕਸਤਾ ਦਿੱਕਤ ਆ ਰਹੀ? ਦਿੱਕਤ ਤੱਕ ਕਮ ਸੇ ਕਮ ਸਾਲ ਡੇਢ ਸਾਲ ਹੋ ਗਿਆ, ਜਦੋਂ ਤਾਂ ਮੇਰੀ ਇੱਥੇ ਸਾਲ ਦੀ ਜੁਆਇਨਿੰਗ ਹੈ ਉਦੋਂ ਦੇ ਅਸੀਂ ਲੈਟਰਾਂ ਲਿਖ ਰਹੇ ਹਾਂ, ਪਰ ਇਹ ਹੈ ਕਿ ਧੀਰੇ ਧੀਰੇ ਹੁਣ VC ਸਰ ਨਵੇਂ ਜੁਆਇਨ ਕੀਤੇ ਸੀ, ਉਸ ਤੋਂ ਬਾਅਦ ਉਹ ਇਸ ਪ੍ਰੋਸੈਸ ਨੂੰ ਥੋੜ੍ਹਾ ਉਹਨਾਂ ਨੇ ਫਾਸਟ ਕੀਤਾ, ਜਲਦੀ ਠੀਕ ਹੋ ਜਾਏਗੀ। ਇਹਦੇ ਬਾਰੇ ਅਸੀਂ ਨੇ ਸਾਰੀ ਬਿਲਡਿੰਗ ਹੈਗੀ ਜਿਹੜੀ ਉਹ ਬਾਬਾ ਫਰੀਦ ਯੂਨੀਵਰਸਿਟੀ ਔਫ ਹੈਲਥ ਸਾਇੰਸ ਫਰੀਦਕੋਟ ਦੇ ਅੰਡਰ ਹੈ। ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ, VC ਸਰ ਨੂੰ, ਸਾਰਿਆਂ ਨੂੰ ਅਸੀਂ ਰਿਟਰਨ ਵੀ ਦਿੱਤਾ ਹੋਇਆ। ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਬਹੁਤ ਜਲਦ ਇਹ ਸਾਰਾ ਜੋ ਵੀ ਇੱਥੇ ਰਿਪੇਅਰ ਦਾ ਕੰਮ ਹੈਗਾ ਉਹਦਾ ਟੈਂਡਰ ਕਰਵਾ ਕੇ ਜਲਦ ਤੋਂ ਜਲਦ ਰਿਪੇਅਰ ਕਰਵਾਈ ਜਾਏਗੀ। ਕਿਸ ਤਰ੍ਹਾਂ ਦੀ ਸਰ ਮੁਸ਼ਕਿਲਾਂ ਆਉਂਦੀਆਂ ਬਿਲਡਿੰਗ ਦੀ ਹਾਲਤ ਖਸਤਾ ਹੁੰਦਾ? ਕਈ ਵਾਰੀ ਕਈ ਰੈਂਪ ਵਗੈਰਾ ਟੁੱਟਿਆ ਹੋਇਆ, ਹੋਰ ਪੇਸ਼ੈਂਟ ਨੂੰ ਉੱਥੇ ਸਟਿਚਰ ਚਲਾਉਣ 'ਤੇ ਦਿੱਕਤ ਆਉਂਦੀ, ਟਾਈਲਾਂ ਉਖੜੀਆਂ ਹੋਈਆਂ, ਬਾਕੀ ਕੁਛ ਪਿੱਲਰਸ ਨੇ ਜਿਨ੍ਹਾਂ 'ਚ ਤਰੇੜਾਂ ਹੈਗੀਆਂ ਨੇ, ਉਹ ਸਾਰਾ ਕੁਛ ਅਸੀਂ VC ਸਰ ਦੀ ਨੌਲੇਜ 'ਚ ਲਿਆਤਾ। ਉਹਨਾਂ ਨੇ ਸਾਨੂੰ ਆਪਣਾ ਐਸਟੀਮੇਟ ਉਹ ਕਹਿੰਦੇ ਬਣਾ ਕੇ ਅਸੀਂ ਟੈਂਡਰ ਕਰਵਾ ਕੇ ਜਲਦ ਰਿਪੇਅਰ ਕਰਾ ਦਾਂਗੇ। ਕਿੰਨੇ ਚਿਰ ਤੋਂ ਇਹ ਬਿਲਡਿੰਗ ਦੀ ਆਫਕਸਤਾ ਦਿੱਕਤ ਆ ਰਹੀ? ਦਿੱਕਤ ਤੱਕ ਕਮ ਸੇ ਕਮ ਸਾਲ ਡੇਢ ਸਾਲ ਹੋ ਗਿਆ, ਜਦੋਂ ਤਾਂ ਮੇਰੀ ਇੱਥੇ ਸਾਲ ਦੀ ਜੁਆਇਨਿੰਗ ਹੈ ਉਦੋਂ ਦੇ ਅਸੀਂ ਲੈਟਰਾਂ ਲਿਖ ਰਹੇ ਹਾਂ, ਪਰ ਇਹ ਹੈ ਕਿ ਧੀਰੇ ਧੀਰੇ ਹੁਣ VC ਸਰ ਨਵੇਂ ਜੁਆਇਨ ਕੀਤੇ ਸੀ, ਉਸ ਤੋਂ ਬਾਅਦ ਉਹ ਇਸ ਪ੍ਰੋਸੈਸ ਨੂੰ ਥੋੜ੍ਹਾ ਉਹਨਾਂ ਨੇ ਫਾਸਟ ਕੀਤਾ, ਜਲਦੀ ਠੀਕ ਹੋ ਜਾਏਗੀ।